Hello, students. This is my seventh video on this chapter. And in the last class, we have started the topic tools of RDNA technology. And under tools of RDNA technology, we have discussed about restriction enzymes. restriction enzymes act types and endonuclease. And ਅੱਜ ਆਪਾਂ ਦੇਖਾਂਗੇ ਦ ਡਾਇਗਰੋਮੈਟਿਕ ਰਿਪਰੈਜ਼ੈਂਟੇਸ਼ਨ ਆਫ ਆਰਡੀਐਨ ਟੈਕਨੋਲੋਜੀ ਕਿਦਾਂ ਡਾਇਗਰੋਮੈਟਿਕਲੀ ਆਪਾਂ ਕਟਿੰਗ ਕਰਵਾ ਕੇ ਰੈਸਟ੍ਰਿਕਸ਼ਨ ਐਂਜ਼ਾਈਮਸ ਦੇ ਨਾਲ ਕਿਦਾਂ ਆਰਡੀਐਨ ਟੈਕਨੋਲੋਜੀ ਦੇ ਵਿੱਚ ਆਰਡੀਐਨਏ ਦੀ ਕ੍ਰੀਏਸ਼ਨ ਕਰਵਾਉਂਦੇ ਆ ਠੀਕ ਹੈ ਉਹਨੂੰ ਡਾਇਗਰੋਮੈਟਿਕਲੀ ਦੇਖਾਂਗੇ ਐਂਡ ਦੈਨ ਵੀ ਵਿਲ ਸੀ ਕਿ ਜਿਹੜੇ ਜਿਹੜੇ ਬਹੁਤ ਸਾਰੇ ਆਰਡੀਐਨਏ ਜਿਹੜੇ ਅ ਡਿਜ਼ਾਇਰਡ ਡੀਐਨਏ ਇਸ ਨੇ ਆਰਡੀਐਨਏ ਦੇ ਫ੍ਰੈਗਮੈਂਟਸ ਨੇ ਜੋ ਆਪਾਂ ਆਈਸੋਲੇਟ ਕੀਤੇ ਨੇ ਆਫਟਰ ਕਟਿੰਗ ਅ ਜਿਹੜੇ ਉਹਨਾਂ ਨੂੰ ਕਿੱਦਾਂ ਅਰੇਂਜ ਕੀਤਾ ਜਾਂਦਾ ਕਿਉਂਕਿ ਉਹਨਾਂ ਦਾ ਸਾਰਿਆਂ ਦਾ ਸਾਈਜ਼ ਸੇਮ ਨਹੀਂ ਹੁੰਦਾ ਕਿਸੇ ਦਾ ਸਾਈਜ਼ ਇਸ ਸਮਾਲ ਹੁੰਦਾ ਕਿਸੇ ਦਾ ਮੋਲੀਕੂਲਰ ਸਾਈਜ਼ ਜ਼ਿਆਦਾ ਹੁੰਦਾ ਹੈ ਸੋ ਬੇਸਡ ਅਪਾਨ देयर ਮੋਲੀਕੂਲਰ ਸਾਈਜ਼ ਉਹਨਾਂ ਨੂੰ ਕਿੱਦਾਂ ਅਰੇਂਜ ਕੀਤਾ ਜਾਂਦਾ ਹੈ ਵਿਦ ਦ ਹੈਲਪ ਆਫ ਜੈਲ ਇਲੈਕਟ੍ਰੋਫੋਰੇਸਿਸ ਸੋ ਥੀਸ ਆਰ ਦ ਟੂ ਥਿੰਗਸ ਵਿਚ ਵੀ ਆਰ ਗੋਇੰਗ ਟੂ ਸੀ ਟੂਡੇ ਸੋ ਹੇਅਰ ਇਸ आवर ਫੋਰਨ ਡੀਐਨਏ ਫੋਰਨ ਡੀਐਨਏ ਨੂੰ ਆਪਾਂ ਡਿਜ਼ਾਇਰਡ ਡੀਐਨਏ ਵੀ ਕਹਿ ਦਿੰਦੇ ਆ ਜਾਂ ਟਾਰਗੇਟ ਡੀਐਨਏ ਵੀ ਕਹਿ ਦਿੰਦੇ ਆ ਜੋ ਆਪਾਂ ਕਿਸੇ ਆਰਗਨਿਜ਼ਮ ਤੋਂ ਆਈਸੋਲੇਟ ਕੀਤਾ ਹੈ ਜੋ ਆਪਾਂ ਇੱਕ ਨਿਊ ਹੋਸਟ ਵਿੱਚ ਟ੍ਰਾਂਸਫਰ ਕਰਵਾਉਣਾ ਚਾਹੁੰਦੇ ਆਂ ਥੈਨ ਹੇਅਰ ਇਜ਼ आवर ਵੈਕਟਰ ਡੀਐਨਏ ਜਿਹਨੂੰ ਆਪਾਂ ਪਲਾਜ਼ਮਿਡ ਵੀ ਕਹਿ ਦਿੰਦੇ ਆਂ ਫਾਰ ਇਗਜ਼ਾਮਪਲ ਜਿੱਦਾਂ ਆਪਾਂ ਨੂੰ ਇੱਕ ਪਲੇਸ ਤੋਂ ਦੂਜੀ ਪਲੇਸ ਤੇ ਜਾਣ ਦੇ ਲਈ ਕੋਈ ਵਹੀਕਲ ਲੈ ਕੇ ਜਾਂਦਾ ਹੈ ਨਾ ਇਦਾਂ ਹੀ ਫੋਰਨ ਡੀਐਨਏ ਨੂੰ ਕੌਣ ਕੈਰੀ ਕਰਦਾ ਹੈ ਵੈਕਟਰ ਡੀਐਨਏ ਵੈਕਟਰ ਡੀਐਨਏ ਉਹਦੀ ਟਾਰਗੇਟ ਪਲੇਸ ਤੇ ਉਹਨੂੰ ਲੈ ਕੇ ਜਾਂਦਾ ਹੈ ਠੀਕ ਹੈ ਸੋ आवर ਫਰਸਟ ਸਟੈਪ ਇਜ਼ आइसोलेशन ऑफ दीज फॉरन डी एन एन वैक्टर डी एन ए दैन cutting. स्टैप इज कटिंग सो कटिंग दुखी देखोगे जो आप कटिंग करनी है रिस्ट्रिक्शन एनजाइम्स के नाल सेम रिस्ट्रिक्शन एनजाइम यूज बोथ फॉरन डी एन एंड वैक्टर डी एन ए सो कटिंग हुई हे इतने आ प्लेस कटिंग हुई इतने रिस्ट्रिक्शन एंडो न्यूकलीस ने एक्ट किया एंड अपन इदा का रिजल्ट मिलिया दैन वैक्टर डी एन ए भी इतने कटिंग हुई ਆ ਅੰਦਰ ਸਾਨੂੰ ਇਹਦਾ ਦਾ ਪਲਾਜ਼ਮਿਡ ਮਿਲਿਆ ਹੁ ਨੈਕਸਟ ਸਟੈਪ ਇਸ ਕਿ ਜਿਹੜਾ ਆਪਣਾ ਡਿਜ਼ਾਇਰ ਡੀਐਨਏ ਉਹ ਪਲਾਜ਼ਮਿਡ ਡੀਐਨਏ ਦੇ ਨਾਲ ਜੁਆਇਨ ਕਰਾਇਆ ਜਾਵੇ ਸੋ ਜੁਆਇਨਿੰਗ ਦਾ ਰੋਲ ਜੁਆਇਨਿੰਗ ਦਾ ਕੰਮ ਆਪਣਾ ਥਰਡ ਵਾਲਾ ਹੈ ਜੁਆਇਨਿੰਗ ਦੇ ਵਿੱਚ ਆਪਣੇ ਕਿਹੜੀ ਆ ਜਾਂਦੇ ਨੇ ਡੀਐਨਏ ਲਾਈਗੇਸ ਸੋ ਐਨਜ਼ਾਈਮ ਜ਼ਰੂਰੀ ਬਹੁਤ ਇੰਪੋਰਟੈਂਟ ਹੈ ਐਨਜ਼ਾਈਮਸ ਤੋਂ ਬਿਨਾ ਆਰ ਡੀ ਟੈਕਨੋਲੋਜੀ ਪੋਸੀਬਲ ਹੀ ਨਹੀਂ ਹੈ ਸੋ ਜਿਵੇਂ ਇੱਕ ਗਲੂ ਦਾ ਕੰਮ ਕਰਦੇ ਨੇ ਨਾ ਜਿਵੇਂ ਇੱਕ ਗਲੂ ਆਪਾਂ ਯੂਜ਼ ਕਰਦੇ ਗਮ ਯੂਜ਼ ਕਰਦੇ ਆ ਦੋ 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 ਚੀਜ਼ਾਂ ਨੂੰ ਆਪਸ ਵਿੱਚ ਐਡਹਰ ਕਰਨ ਲਈ ਜੁਆਇਨ ਕਰਨ ਲਈ ਉਦਾਂ ਹੀ ਲਾਈਗੇਸ ਕਰਦੇ ਨੇ ਜੁਆਇਨਿੰਗ ਕਰਦੇ ਨੇ ਸੋ ਨਾਓ ਵਟ 윌 ਹੈਪਨ ਥੀਸ ਲਾਈਗੇਸਿਸ ਦੇ ਵਿਲ ਜੁਆਇਨ ਥੀਸ ਟੂ ਜੁਆਇਨਿੰਗ ਤੋਂ ਬਾਅਦ ਆਪਾਂ ਨੂੰ ਇਦਾਂ ਦਾ ਇੱਕ ਆਰ ਡੀ ਐਨ ਵੀ ਦੇਖਣ ਨੂੰ ਮਿਲੇਗਾ ਨਾਓ ਨੈਕਸਟ ਸਟੇਪ ਇਸ ਜਦੋਂ ਆਪਾਂ ਨੂੰ ਆਰ ਡੀ ਐਨ ਵੀ ਤਿਆਰ ਹੋ ਜਾਂਦਾ ਹੈ ਹੁਣ ਇਦਾਂ ਦੀ ਗੱਲ ਤੇ ਹੈ ਨੀ ਕਿ ਇੰਨਾ ਸਾਰਾ ਮਤਲਬ ਇੰਨਾ ਸਾਰਾ ਆਪਾਂ ਪ੍ਰੋਸੈਸ ਯੂਜ਼ ਕਰਾਂਗੇ ਹੈ ਨਾ ਇਨੇ ਸਾਰੇ ਆਪਾਂ ਮਨੀ ਜੋ ਜੋ ਆਪਾਂ ਇੱਥੇ ਕੰਜ਼ੂਮ ਕਰਾਂਗੇ ਉਸ ਤੋਂ ਬਾਅਦ ਆਪਾਂ ਨੂੰ ਸਿਰਫ ਇੱਕ ਹੀ ਆਰ ਡੀ ਐਨ ਏ ਮਿਲੇ ਇਟ ਡਸਨਟ ਮੇਕ ਸੈਂਸ ਸੋ ਇਸ ਤੋਂ ਬਾਅਦ ਇਹਦੀ ਆਪਾਂ ਨੂੰ ਮਲਟੀਪਲ ਕਾਪੀਜ਼ ਚਾਹੀਦੀਆਂ ਨੇ ਮਲਟੀਪਲ ਕਾਪੀਜ਼ ਕਿੱਦਾਂ ਮਿਲਣਗੀਆਂ ਅੱਗੇ ਜਾ ਕੇ ਉਹ ਦੇਖਦੇ ਹਾਂ ਸੋ ਨਾਓ ਆ ਜਿਹੜਾ ਆਰ ਡੀ ਐਨ ਏ ਇਹਨੂੰ ਕਿਹਦੇ ਵਿੱਚ ਟਰਾਂਸਫਾਰਮੇਸ਼ਨ ਇਹਦੀ ਕਿਹਦੇ ਵਿੱਚ ਕਰवानी ਹੈ ਇਕੋਲਾਈ ਦੇ ਵਿੱਚ ਇਕੋਲਾਈ ਐਕਸ ਐਜ਼ ਅ ਹੋਸਟ ਇਕੋਲਾਈ ਦੇ ਵਿੱਚ ਆਪਾਂ ਇਹਨੂੰ ਇਨਸਰਟ ਕਰਾਣਾ ਹੈ ਐਂਡ ਜਿੱਦਾਂ ਜਿੱਦਾਂ ਇਕੋਲਾਈ ਜਿਹੜੀ ਰਿਪ੍ਰੋਡਕਸ਼ਨ ਹੋਊਗੀ ਉਹਦੇ ਸੈਲਸ ਡਿਵਾਈਡ ਹੋਣਗੇ ਉਦੋਂ ਉਦੋਂ ਦਾ ਆਰ ਡੀ ਐਨ ਏ ਵੀ ਡਿਵਾਈਡ ਹੋਇਆ ਕਿਉਂਕਿ ਉਹ ਵੀ ਉਹਦੇ ਅੰਦਰ ਹੈ ਐਂਡ ਇੱਕ ਤੋਂ ਬਹੁਤ ਸਾਰੇ ਆਰ ਡੀ ਐਨ ਏ ਜਿਹੜੇ ਨੇ ਉਹ ਡਵੈਲਪ ਹੋ ਜਾਣਗੇ ਸੋ ਹੇਅਰ ਇਜ਼ ਅ ਰਿਜ਼ਲਟ ਇੱਕ ਤੋਂ ਦੋ ਬਣੇ ਨੇ ਅੱਗੇ ਤੋਂ ਇਹ ਤੋਂ ਹੋਰ ਦੋ ਬਣਨਗੇ ਇਹ ਤੋਂ ਹੋਰ ਦੋ ਬਣਨਗੇ ਐਂਡ ਉਤੋਂ ਜਾ ਕੇ ਅੱਗੇ ਹੋਰ ਜਿਹੜੀਆਂ ਮਲਟੀਪਲ ਕਾਪੀਜ਼ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਸੋ ਥਿਸ ਇਜ਼ ਦਾ ਬੇਸਿਕ ਡਾਇਗਰਾਮ ਇਨ ਵਿੱਚ ਆਰ ਡੀ ਟੈਕਨੋਲੋਜੀ ਵਰਕਸ ਠੀਕ ਹੈ ਓਕੇ ਨਾਓ ਆਪਾਂ ਨੂੰ फर ये देखना है कि हाउ टू सेपरेट द डीएन ए फ्रैगमेंस क्योंकि बहुत सारे डी एन ए फ्रैगमेंट्स आप की कटिंग तो बाद इना डी एन ए फ्रैगमेंट्स सैपरेट किता जाए सो so, नैक्सट जोड़ा अपना मैथड है वो आप जैल इलेक्ट्रोफोरसिस देखा वो भी रिस्ट्रिक्शन एंडोन्यूकलीअस के ही अंडर आंता है मतलब जेवे जे आप जो आप टूल्स की गल करिएूल्स के सब तो पहली टूल रिसट्रिक्शन एनजाइम्स है वो अंडर ही सैकेंड आपका पढ़ना है सैकेंड पॉइंट पढ़ना है separation and isolation of dna fragments so jdi are restriction enzymes hunde ne theek hai jadon eh act karde cutting da kaam karde ne oh bahut sare dna fragments nu generate karde ne but in dna fragments nu apan separate kitta karna hai ik dooje de naal based upon their molecular weight by using gel electrophoresis as you know that dna is a negatively charged molecule is karke ਆਪਾਂ ਕੀ ਅਬਜ਼ਰਵ ਕਰਾਂਗੇ ਜਦੋਂ ਡੀਐਨਏ ਨੂੰ ਟੈਂਕ ਦੇ ਵਿੱਚ ਪਾਇਆ ਜਾਗਾ ਥਿਸ ਇਜ਼ ਅ ਟੈਂਕ ਟੈਂਕ ਦੇ ਵਿੱਚ ਇੱਥੇ ਵੈਲਸ ਹੁੰਦੀਆਂ ਨੇ ਇਹਨਾਂ ਵੈਲਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਡੀਐਨਏਜ਼ ਨੂੰ ਇਨਸਰਟ ਕੀਤਾ ਜਾਂਦਾ ਹੈ ਵਿਦ ધ ਹੈਲਪ ਆਫ ਪਿਪੇਟ ਪਿਪੇਟ ਦੇ ਨਾਲ ਡੀਐਨਏ ਨੂੰ ਇਹਨਾਂ ਵੈਲਸ ਵਿੱਚ ਪਾਇਆ ਜਾਂਦਾ ਹੈ ਇਹ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਹੈਨਾ ਆ ਵੈਲਸ ਨੇ ਇਹਨਾਂ ਵੈਲਸ ਨਾਲ ਪਿਪੇਟ ਮਤਲਬ ਆ ਜਿਹੜਾ ਪਿਪੇਟ ਹੈ ਇਹਦੇ ਵਿੱਚ ਡਿਜ਼ਾਇਰਡ ਡੀਐਨਏ ਹੈ ਉਨੂੰ ਇਹਨਾਂ ਵੈਸੇ ਵਿੱਚ ਪਾਇਆ ਗਿਆ ਹੈ بیسਡ ਅਪਨ देयर ਸਾਈਜ਼ ਡੀਐਨਏ ਜਿਹੜਾ ਹੈ ਉਹ ਆਪਣੇ ਆਪ ਨੂੰ ਅਰੇਂਜ ਕਰੂ ਕਿਉਂਕਿ ਡੀਐਨਏ 네ਗੇਟਿਵਲੀ ਚਾਰਜਡ ਹੈ ਐਂਡ ਆਪਾਂ ਇਥੇ ਟੈਂਕ ਨੂੰ ਇਲੈਕਟ੍ਰਿਕ ਕਰੰਟ ਨਾਲ ਜੁਆਇਨ ਕੀਤਾ ਹੋਇਆ ਹੈ ਐਂਡ ਐਨੋਡ ਤੇ ਐਨੋਡ ਐਂਡ ਕੈਥੋਡ ਜਿਹੜੀਆਂ ਨੇ ਉਹ ਉਹ ਇਨਸਰਟ ਕੀਤੀਆਂ ਗਈਆਂ ਨੇ ਜਿਹੜੀਆਂ ਐਨੋਡ ਤੇ ਐਨੋਡ ਤੇ ਕੈਥੋਡ ਇਲੈਕਟ੍ਰੋਡਸ ਨੇ ਉਹਨਾਂ ਨੂੰ ਇਨਸਰਟ ਕੀਤਾ ਗਿਆ ਹੈ ਐਂਡ ਯੂ نو ਵੈਰੀ ਵੈਲ ਡੀ ਐਨ ਇਸ ਨੈਗੇਟਿਵਲੀ ਚਾਰਜ ਮੋਲੀਕਿਊਲ ਤੇ ਉਹ ਕਿਦੇ ਵੱਲ ਅਟਰੈਕਟ ਹੋਊਗਾ ਇਟ ਵਿਲ ਗੈਟ ਅਟਰੈਕਟਿਡ ਟੁਵਰਡਸ ਐਨੋਡ ਕਿ ਐਨੋਡ ਦਾ ਪੋਜ਼ਿਟਿਵ ਚਾਰਜ ਹੈ ਐਂਡ ਡੀ ਐਨ ਦਾ ਨੈਗੇਟਿਵ ਚਾਰਜ ਹੈ ਸੋ ਆਪੋਜ਼ਿਟ ਚਾਰजेस ਅਟਰੈਕਟ ਈਚ ਅਦਰ ਇਸ ਕਰਕੇ ਅਟਰੈਕਸ਼ਨ ਹੋਊਗੀ ਐਂਡ ਮੂਵ ਕਰੂਗਾ ਡੀ ਐਨ ਜਿਹੜਾ ਡੀ ਐਨ ਦਾ ਮੋਲੀਕੂਲਰ weight ਜਿਹੜਾ ਹੈ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਅਰੇਂਜ ਕਰ ਲੂਗਾ ਕਈ ਕਈ ਜਿਹੜੇ ਡੀ ਐਨ ਫਰੈਗਮੈਂਟਸ ਨੇ ਉਹ ਜਿਆਦਾ ਦੂਰ ਤੱਕ ਜਾਣਗੇ ਕਈ ਜਿਆਦਾ ਦੂਰ ਤੱਕ ਨਹੀਂ ਜਾਣਗੇ ਬੇਸਡ ਅ ਡਿਊ ਟੂ देयर ਹਾਈ ਮੋਲੀਕੂਲਰ weight ਹੈ ਨਾ ਸੋ ਇਹਦਾ ਆਪਾਂ ਡੀਐਨਏ ਫੈਗਮੈਂਟਸ ਨੂੰ ਸੈਪਰੇਟ ਕਰ ਸਕਦੇ ਆ ਇੱਕ ਦੂਜੇ ਨਾਲ ਬੇਸਡ ਅਪਨ देयर ਸਾਈਜ਼ ਹੁਣ ਇਹਦੇ ਵਿੱਚ ਤੁਸੀਂ ਕੀ ਦੇਖਿਆ ਹੋਗਾ ਕੀ ਅਬਜ਼ਰਵ ਕੀਤਾ ਹੋਗਾ ਆਸੀਂ ਇੱਕ ਮੈਟ੍ਰਿਕਸ ਯੂਜ਼ ਕੀਤੀ ਹੈ ਠੀਕ ਹੈ ਮੈਟ੍ਰਿਕਸ ਕਿਹੜੀ ਹੈ ਅ ਅਗਾਰੋਸ ਦੀ ਠੀਕ ਆ ਆ ਇੱਕ ਮੈਟ੍ਰਿਕਸ ਹੈ ਆ ਇੱਕ ਮੈਟ੍ਰਿਕਸ ਹੈ ਇੱਕ ਬੇਸ ਬਣਾਇਆ ਜਿਹਦੇ ਵਿੱਚ ਆਪਾਂ ਆਪਣਾ ਡੀਐਨਏ ਦੀ ਮੂਵਮੈਂਟ ਕਰਵਾਉਣੀ ਹੈ ਹੁਣ ਆ ਜਿਹੜਾ ਬੇਸ ਹੈ ਇਹ ਕਿੱਥੋਂ ਬਣਿਆ ਹੈ इट्स ए नेचुरल पॉलीमर एक्सट्रैक्टेड फ्रॉम सी वीड्सू आप अगारोस कह देंगे अगारोस ठीक है अगारोस एक जेल है एक नेचुरल पॉलीमर है जो कि आप सी वीड्स जोड़े ने तो एक्सट्रैक्ट कर देट्स टाइप ऑफ आलगे ठीक है सो फर्दर आप जो इलैक्ट्रिक करंट जनरेट हो ठीक है सो मूव कर डीएनए क्योंकि नैगेटिव चार्ज एनोड वाल मूव करूंगा एंड बेस्ड अपॉन जइज अपने आपू अरेज कर लेंगे ਫਰਦਰ ਆਪਾਂ ਇਹਨੂੰ ਦੇਖਣਾ ਕਿੱਦਾਂ ਹੈ ਠੀਕ ਹੈ ਇਹਦੇ ਲਈ ਆਪਾਂ ਇੱਕ স্পেশাল ਮੈਥਡ ਯੂਜ਼ ਕੀਤਾ ਹੈ ਜਿਹੜੇ ਵੀ ਸੈਪਰੇਟਡ ਡੀਐਨਏ ਸੀਗੇ ਉਹਨਾਂ ਨੂੰ ਆਪਾਂ ਉਹਨਾਂ ਦੇ ਵਿੱਚ ਆਪਾਂ ਇੱਕ ਸਟੇਨ ਐਡ ਕੀਤਾ ਸੀ ਕਿਹੜਾ ਐਥੀਡੀਅਮ ਬਰੋਮਾਈਡ ਐਂਡ ਆਪਾਂ ਇਹਨੂੰ ਯੂਵੀ ਰੇਡੀਏਸ਼ਨ ਇੱਕ ਚੈਂਬਰ ਸੀਗਾ ਬਣਿਆ ਉਸ ਯੂਵੀ ਰੇਡੀਏਸ਼ਨ ਜਿੱਥੇ ਜਿੱਥੇ ਯੂਵੀ ਰੇਡੀਏਸ਼ਨ ਪੈਂਦੀਆਂ ਸੀ ਉਸ ਚੈਂਬਰ ਦੇ ਵਿੱਚ ਆਪਾਂ ਉਹਨੂੰ ਆਪਣੀ ਜਿਹੜੀ ਆਪਣੀ ਜੈਲ ਪਲੇਟ ਸੀ ਉਹਨੂੰ ਪਾਇਆ ਆਪਾਂ ਕੀ ਦੇਖਾਂਗੇ ਆਫਟਰ ਇਨਸਰਟਿੰਗ ਐਥੀਡੀਅਮ ਬਰੋਮਾਈਡ ਕਿ ਸਟੇਨ ਦਾ ਕੰਮ ਕਰਦਾ ਹੈ ਉਹਨ ਇੱਕ ਬ੍ਰਾਈਟ orange ਕਲਰ ਦੇਊਗਾ ਡੀਐਨਏਜ਼ ਨੂੰ ਇਨ ਅ ਜੈ ਜੋ ਜਿਹੜੇ ਡੀਐਨਏ ਨੇ ਉਹ ਆਪਾਂ ਨੂੰ ਦੂਰ ਦੂਰ ਸੈਪਰੇਟ ਹੋਏ ਦਿਖਣਗੇ 듀 ਟੂ ਥਿਸ 에ਥੀ디엄 ਬ੍ਰੋਮਾਈ। ਸੋ ਅੱਗੇ ਜਾ ਕੇ ਆਪਾਂ ਇਨਾਂ ਸੈਪਰੇਟਡ ਡੀਐਨਏ ਬੈਂਡਸ ਨੂੰ ਅਗਾਰੋਸ ਜੈਲ ਵਿੱਚੋਂ ਐਕਸਟ੍ਰੈਕਟ ਕਰ ਲਾਂਗੇ। ਥੈਟ ਮੀਨਸ ਰਿਮੂਵ ਕਰ ਲਾਂਗੇ। ਇਹ ਸਟੈਪ ਨੂੰ ਆਪਾਂ ਕੀ ਕਾਵਾਂਗੇ ਇਲਿਊਸ਼ਨ। ਠੀਕ ਹੈ? ਐਂਡ ਅੱਗੇ ਜਾ ਕੇ ਆ ਜਿਹੜੇ ਪਿਊਰੀਫਾਈਡ ਡੀਐਨਏ ਫ੍ਰੈਗਮੈਂਟਸ ਨੇ ਇਹਨਾਂ ਨੂੰ ਆਪਾਂ ਅੱਗੇ ਜਾ ਕੇ ਆਰ ਡੀਐਨਏ ਰੀਕਨਸਟ੍ਰਕਸ਼ਨ ਦੇ ਵਿੱਚ ਯੂਜ਼ ਕਰਾਂਗੇ ਐਂਡ ਕਲੋਨਿੰਗ ਵੈਕਟਰ ਦੇ ਨਾਲ ਜੁਆਇਨ ਕਰਵਾਵਾਂਗੇ ਕਿਉਂਕਿ ਆਪਾਂ ਨੂੰ ਆਪਣਾ ਡਿ एंड आइसोलेटेड डीएनए एन फ्रैगमेंट ऑफ स्यूटेबल साइज मिल गया है दैन हेयर इज़ दिस देख सकते हो साडा जलैक्ट्रोफोरिस है ट्रे है टैंक है वेद मिक्सचर ऑफ डी एन इंसर्ट करवाया गया कैथोड़ कैथोडा एनोड़ आ, पावर सोर्स दिता गया है जो डी एन ए ने डी एन ए फ्रैगमेंट्स मूव करेंगे लॉन्गर मॉलीक्यूल ज्यादा दूर तक नहीं जानगे कोल ही रह ਐਂਡ ਦੇ ਸ਼ਾਰਟਰ ਮੋਲੀਕੂਲਸ ਜਿਹਨਾਂ ਦਾ ਮੋਲੀਕੂਲਰ weight ਘੱਟ ਹੋਗਾ ਉਹ ਜ਼ਿਆਦਾ ਦੂਰ ਤੱਕ ਮੂਵ ਕਰਨਗੇ ਸੋ ਇਦਾਂ ਆਪਾਂ ਬੇਸਡ ਅਪ ਓਨ देयर ਮੋਲੀਕੂਲਰ ਸਾਈਜ਼ ਆਪਾਂ ਡੀਐਨਏ ਫ੍ਰੈਗਮੈਂਟਸ ਨੂੰ ਆਈਸੋਲੇਟ ਕਰ ਲਿਆ ਹਾਂ ਜੀ ਤੋਂ ਆਪਾਂ ਸਟੇਨ ਕਰਾਂਗੇ ਤੇ ਜੈਲ ਇਲੈਕਟ੍ਰੋਫੋਰੇਸਿਸ ਨੂੰ ਤੇ ਆਪਾਂ ਉਹਨੂੰ ਯੂਵੀ ਰੇਜ਼ ਅੰਡਰ ਦੇਖਾਂਗੇ ਆਪਾਂ ਨੂੰ ਇਦਾਂ ਦੇ ਡੀਐਨਏ ਫ੍ਰੈਗਮੈਂਟਸ ਦੇਖਣਗੇ ਐਂਡ ਆਪਾਂ ਉਹਨਾਂ ਨੂੰ ਆਈਸੋਲੇਟ ਕਰ ਸਕਦੇ ਸੋ ਥਿਸ ਇਜ਼ ਦਾ ਬੇਸਿਕ ਆਈਡੀਆ ਬਿਹਾਈਂਡ ਆਰਡੀਨ ਟੈਕਨੋਲੋਜੀ ਤੋ ਤੁਸੀਂ ਇਹਦੇ ਵਿੱਚ ਦੇਖਿਆ ਕਿ ਰੈਸਟ੍ਰਿਕਸ਼ਨ ਐਂਜ਼ਾਈਮਸ ਦੀ ਜਦੋਂ ਆਪਾਂ ਉਹਨਾਂ ਦੀ ਜਦੋਂ ਹੈਲਪ ਲਈ ਐਂਡ ਫੋਰਨ ਡੀਐਨਏ ਵੈਕਟਰ ਦੀ ਨੂੰ ਆਪਾਂ ਕਟਿੰਗ ਕਰਵਾਈ ਜਿਹੜਾ ਆ ਫੋਰਨ ਡੀਐਨਏ ਆਪਾਂ ਨੂੰ ਇਸ ਪਲੇਸ ਤੇ ਆਇਆ ਸੀ ਨਾ ਆਹ ਵਾਲਾ ਫੋਰਨ ਡੀਐਨਏ ਇਹਦੀਆਂ ਬਹੁਤ ਸਾਰੇ ਆਪਾਂ ਨੂੰ ਮਲਟੀਪਲ ਕਹਿ ਲੋ ਕਿ ਬਹੁਤ ਸਾਰੇ ਮਲਟੀਪਲ ਨੰਬਰ ਸੀਗਾ ਐਂਡ ਕੋਈ ਇਹਨਾਂ ਦਾ ਸਾਈਜ਼ ਆਪਾਂ ਨੂੰ ਕੋਈ ਸ਼ੋਰ ਨਹੀਂ ਸੀਗਾ ਕਿਹੜਾ ਕਿਹੜੇ ਸਾਈਜ਼ ਦਾ ਵਾ ਇਸ ਕਰਕੇ ਆਪਾਂ ਇਹਨੂੰ ਕਿਹੜੇ ਪ੍ਰੋਸੈਸ ਦੇ ਵਿੱਚ ਲਾਇਆ ਸੀਗਾ ਜੈਲ ਇਲੈਕਟ੍ਰੋਫੋਰੇਸਿਸ ਦੇ ਵਿੱਚ ਸੋ ਥੈਟ ਆਪਾਂ ਨੂੰ ਆਪਣਾ ਸੂਟੇਬਲ ਮੋਲੀਕੂਲਰ ਸਾਈਜ਼ ਵਾਲਾ ਡੀਐਨਏ ਮਿਲ ਸਕੇ ਐਂਡ ਆਪਾਂ ਆਰਡੀਐਨਏ ਕੰਸਟਰਕਟ ਕਰਵਾ ਸਕੇ ਸੋ ਥਿਸ ਇਜ਼ ਦਾ ਫਰਸਟ ਸਟੈਪ ਆਫ ਟੂਲਸ ਆਫ ਆਰਡੀਐਨਏ ਟੈਕਨੋਲੋਜੀ